ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਨਾਲ ਬਹੁਤ ਐਸੇ ਸਿੱਖ ਹੋਏ ਆ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਸਿੱਖੀ ਜਿਹੜੀ ਪ੍ਰਾਪਤ ਕੀਤੀ ਤੇ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲਈਆਂ ਇਸੇ ਤਰ੍ਹਾਂ ਹੀ ਆਪਾਂ ਅੱਜ ਇੱਕ ਸਿੱਖ ਦੀ ਗੱਲ ਕਰਦੇ ਆਂ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਟਕਪੂਰੇ ਤੋਂ ਤੁਰੇ ਆਂ ਇਸ ਤੋਂ ਬਾਅਦ ਜਿਹੜੇ ਜਿਹੜੇ ਕੋਟਕਪੂਰੇ ਦੇ ਕਪੂਰਾ ਸੀ ਜਿਹੜਾ ਚੌਧਰੀ ਉਹਦੇ ਜਿਹੜੇ ਮੁੰਡੇ ਸਾਨੂੰ ਕਹਿੰਦੇ ਮਹਾਰਾਜ ਕੋਈ ਗੱਲ ਨਹੀਂ ਹੁਣ ਠੀਕ ਆ ਤੁਸੀਂ ਮਾਲਵੇ ਦੇ ਵਿੱਚ ਰੋ ਤੇ ਸਿੱਖੀ ਦਾ ਪ੍ਰਚਾਰ ਕਰੋ ਤੇ ਸੱਚੇ ਪਾਤਸ਼ਾਹ ਜੀ ਫਿਰ ਮਾਲਵੇ ਦੇ ਵਿੱਚ ਹੀ ਰਹਿ ਕੇ ਸੋਚਿਆ ਕਿ ਦਵਾਰੇ ਫਿਰ ਚੜ੍ਹਦੀ ਕਲਾ ਦੇ ਨਾਲ ਪ੍ਰਚਾਰ ਕਰੀਏ ਸੱਚੇ ਪਾਤਸ਼ਾਹ ਜੀ ਜਿਹੜੇ ਵੀ ਪਿੰਡ ਦੇ ਵਿੱਚ ਜਿਹੜੀ ਵੀ ਜਗ੍ਹਾ ਤੇ ਜਿਹੜੇ ਵੀ ਸਥਾਨ ਤੇ ਜਾਂਦੇ ਸੀ ਪ੍ਰਚਾਰ ਹੋਣ ਲੱਗ ਪਿਆ ਕਈ ਥਾਵਾਂ ਤੇ ਅਮਰਤ ਸੰਚਾਰ ਵੀ ਹੋਇਆ ਦੀਵਾਨ ਸਜਦੇ ਸਨ ਸੱਚੇ ਪਾਤਸ਼ਾਹ ਜੀ ਦਾ ਪਤਾ ਲੱਗਦਾ ਜਿਨ੍ਹਾਂ ਨੂੰ ਤੇ ਦਰਸ਼ਨ ਕਰਨ ਦੇ ਲਈ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਪਿੰਡਾਂ ਦੇ ਵਿੱਚੋਂ ਤੇ ਮਹਾਰਾਜ ਦੇ ਨਾਲ ਬਰਾੜਾਂ ਦੇ ਕੁਝ ਸਿਪਾਈ ਸਨ ਜਿਹੜੇ ਭਰਤੀ ਸਨ ਸੱਚੇ ਪਾਤਸ਼ਾਹ ਜੀ ਦੀ ਫੌਜ ਦੇ ਵਿੱਚ ਉਹ ਬਰਾੜਾਂ ਦੇ ਜਿਹੜੇ ਸਪਾਈ ਸਨ ਉਹਨਾਂ ਦਾ ਜਿਹੜਾ ਸੈਨਾਪਤੀ ਸੀ ਮੁਖੀ ਸੀ ਉਹ ਸਿਪਾਈਦਾਨਾ ਇਹਨਾਂ ਸਪਾਈਆਂ ਨੇ ਇਹਨਾਂ ਨੌਜਵਾਨਾਂ ਨੇ ਬਰਾੜਾਂ ਨੇ ਇੱਕ ਦਿਨ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਰਾਜ ਕਿ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਇੰਨੇ ਸਮੇਂ ਤੱਕ ਰੁਕੀਆਂ ਹੋਈਆਂ ਸਾਨੂੰ ਤਨਖਾਹਾਂ ਦੋ ਸਾਨੂੰ ਤਨਖਾਹਾਂ ਦੀ ਲੋੜ ਹੈ ਮਾਇਆ ਦੀ ਲੋੜ ਹੈ ਤੇ ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਸਿੱਖੋ ਵੀ ਮਾਇਆ ਦੇ ਦੇਵਾਂਗੇ ਤੁਹਾਨੂੰ ਹੁਣ ਤੁਹਾਨੂੰ ਪਤਾ ਹੀ ਐ ਕਿ ਮਾਇਆ ਦਾ ਗਫਾ ਕਿਸੇ ਪਾਸੋਂ ਆਇਆ ਨਹੀਂ ਖਰਚੇ ਬਹੁਤ ਨੇ ਲੰਗਰਾਂ ਦੇ ਬਹੁਤ ਖਰਚੇ ਐ ਇਸ ਕਰਕੇ ਜਦੋਂ ਕਿਸੇ ਪਾਸੇੋਂ ਮਾਇਆ ਦਾ ਗਫਾ ਆ ਗਿਆ ਤੁਹਾਡੀ ਮਾਇਆ ਤੁਹਾਨੂੰ ਦੇ ਦੇਾਂਗੇ ਪਾਈ ਪਾਈ ਕਰਕੇ ਮੋੜਾਂਗੇ ਸਤਿਗੁਰਾਂ ਨੇ ਬਚਨ ਕੀਤਾ ਵੀ ਅਸੀਂ ਤੁਹਾਡੀ ਮਾਇਆ ਰੱਖਦੇ ਨਹੀਂ ਉਹਨਾਂ ਨੌਜਵਾਨਾਂ ਨੇ ਜਿਹੜੇ ਬਰਾੜ ਸਨ ਬڑے ਹੰਕਾਰ ਦੇ ਵਿੱਚ ਆ ਕੇ ਲੋਭ ਦੇ ਵਿੱਚ ਆ ਕੇ ਗੱਲ ਆਖੀ ਕਿ ਜੇ ਤੁਸੀਂ ਮਾਇਆ ਨਹੀਂ ਦੇਣੀ ਤਾਂ ਫਿਰ ਸਿਪਾਈ ਰੱਖਣ ਦੀ ਕੀ ਲੋੜ ਸੀ ਸਾਨੂੰ ਨੌਕਰ ਰੱਖਣ ਦੀ ਕੀ ਲੋੜ ਸੀ ਸੀ ਤੁਹਾਡੇ ਨੌਕਰਿਆਂ ਬੜੀਆਂ ਗੱਲਾਂ ਕੀਤੀਆਂ ਬੜੇ ਇਹੋ ਜਿਹੇ ਬਚਨਿਆਂ ਜਿਹੜੇ ਉਹਨਾਂ ਮਰਾੜਾਂ ਨੇ ਬੋਲੇ ਸੱਚੇ ਬਾਦਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਗਰਮ ਨਾ ਹੋਵੋ ਗੁੱਸੇ ਨਾ ਹੋਵੋ ਤੁਹਾਡੀ ਮਾਇਆ ਤੁਹਾਨੂੰ ਮਿਲ ਜਾਏਗੀ ਸਬਰ ਰੱਖੋ ਥੋੜਾ ਜਿਹਾ ਇਹ ਬਚਨ ਕੀਤਾ ਸਤਿਗੁਰਾਂ ਨੇ ਉਹ ਕਹਿਣ ਲੱਗੇ ਤੁਸੀਂ ਕਿਹੜਾ ਕੋਈ ਰਾਜੇ ਹੋ ਜਿਹੜਾ ਤੁਹਾਨੂੰ ਕਿਤੇ ਮਾਇਆ ਆ ਜਾਣੀ ਹੈ ਜੇ ਤੁਹਾਨੂੰ ਮਾਇਆ ਨਹੀਂ ਤੁਸੀਂ ਦੇ ਸਕਦੇ ਤਾਂ ਫਿਰ ਤੁਸੀਂ ਸਾਨੂੰ ਕਿਉਂ ਰੱਖਿਆ ਨਾਲ ਸਿਪਾਈ ਕਿਉਂ ਭਰਤੀ ਕੀਤੇ ਨੌਕਰ ਕਿਉਂ ਰੱਖੇ ਸਾਥ ਬਣ ਕੇ ਬਹਿ ਜਾਓ ਕਿਤੇ ਇਹੋ ਜਿਹੇ ਵੀ ਸ਼ਬਦ ਬੋਲੇ ਇਤਿਹਾਸ ਚ ਹੁੰਦਾ ਆ ਸਤਿਗੁਰੂ ਜੀ ਸੁਣਦੇ ਰਹੇ ਗੁੱਸੇ ਨਹੀਂ ਹੋਏ ਨਿਮਰਤਾ ਦੇ ਨਾਲ ਸੁਣਦੇ ਰਹੇ ਸਮਝਾਉਂਦੇ ਰਹੇ ਭਾਈ ਗਰਮੰਡਾ ਹੋ ਵੋ ਤਤੇ ਨਾ ਹੋ ਵੋ RAM ਦੇ ਨਾਲ ਸਬਰ ਦੇ ਨਾਲ ਬਹਿਜੋ ਤੁਹਾਡੀ ਮਾਇਆ ਤੁਹਾਨੂੰ ਮਿਲ ਜਾਏਗੀ ਜਦੋਂ ਕਿ ਤੂੰ ਗੱਫਾ ਆ ਗਿਆ ਤਾਂ ਪਿਆਰੇ ਓਲਾ ਜਦੋਂ ਹਟੇ ਬੋਲਣੋਂ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਚਲੋ ਫਿਰ ਐਂ ਕਰਦੇ ਆਂ ਇੱਕ ਪਾਸੇ ਮਾਇਆ ਦੇ ਛਿਲੜਿਆਂ ਤੇ ਇੱਕ ਪਾਸੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਇੱਕ ਪਾਸੇ ਮਾਇਆ ਦੇ ਛਿਲੜ ਆ ਇੱਕ ਪਾਸੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਏ ਜਿਨ੍ਹਾਂ ਨੂੰ ਸਿੱਖੀ ਚਾਹੀਦੀ ਏ ਇਹ ਦੱਸੋ ਤੁਹਾਨੂੰ ਸਿੱਖੀ ਚਾਹੀਦੀ ਏ ਜਾਂ ਮਾਇਆ ਦੇ ਛਿਲੜ ਚਾਹੀਦੇ ਆ ਮਹਾਰਾਜ ਨੇ ਬਚਨ ਕੀਤਾ ਦਸਵੇਂ ਪਾਤਸ਼ਾਹ ਨੇ ਤੇ ਉਹ ਜਿਹੜੇ ਲੋਭੀ ਸਨ ਸਿਪਾਈ ਸਨ ਜਿਹੜੇ ਬਰਾੜੋ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਰਾਜ ਸਾਨੂੰ ਸਿੱਖੀ ਕੀ ਕਰਨੀ ਏ ਸਿੱਖੀ ਤਾਂ ਸਾਡੇ ਕੋਲ ਪਹਿਲਾਂ ਹੀ ਹੈਗੀ ਹੋਰ ਕਿਹੜਾ ਤੁਸੀਂ ਨਵੀਂ ਸਿੱਖੀ ਦੋਗੇ ਸਾਨੂੰ ਪੀ ਸਾਨੂੰ ਤੇ ਮਾਇਆ ਚਾਹੀਦੀ ਸਾਡੀ ਆਪਣੀ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਭਾਈ ਜੇ ਤੁਹਾਨੂੰ ਮਾਇਆ ਦੇ ਛਿਲੜ ਚਾਹੀਦੇ ਨੇ ਤੁਹਾਨੂੰ ਮਾਇਆ ਮਿਲ ਜਾਏਗੀ ਜਦੋਂ ਗੁਰਨਾਨਕ ਦੇ ਘਰੋਂ ਗਫਾ ਆ ਗਿਆ ਇਹਨਾਂ ਬਚਨ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੇ ਪਿਆਰਿਓ ਇੰਨੇ ਨੂੰ ਬਚਨ ਕਰਦੇ ਆ ਨੂੰ ਸਤਿਗੁਰ ਜੀ ਬਚਨ ਕਰਦੇ ਆ ਤੇ ਇੰਨੇ ਨੂੰ ਇੱਕ ਪਿਆਰਾ ਆ ਗਿਆ ਇੱਕ ਸੇਵਕ ਆ ਗਿਆ ਤੇ ਆ ਕੇ ਮਹਾਰਾਜ ਜੀ ਬਾਰੇ ਪੁੱਛਿਆ ਤੇ ਪਤਾ ਲੱਗਾ ਸੱਚੇ ਪਾਤਸ਼ਾਹ ਜੀ ਇੱਥੇ ਬੈਠੇ ਆ ਇਸ ਨਗਰ ਦੇ ਵਿੱਚ ਇਸ ਜਗ੍ਹਾ ਤੇ ਬਰਾਜਮਾਨ ਆ ਤੇ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਨਮਸਕਾਰ ਕੀਤੀ ਮਹਾਰਾਜ ਜੀ ਬੜੇ ਥਾਵਾਂ ਤੇ ਤੁਹਾਨੂੰ ਲੱਭਿਆ ਬੜੀ ਥਾਵਾਂ ਤੋਂ ਪਤਾ ਕੀਤਾ ਤੇ ਬੜਿਆਂ ਨੇ ਰਸਤੇ ਦੇ ਵਿੱਚ ਡਰਾਇਆ ਵੀ ਸੀ ਕਿ ਬੜਾ ਖਤਰਾ ਆ ਗੁਰੂ ਗੋਬਿੰਦ ਸਿੰਘ ਕੋਲ ਪਹੁੰਚਣਾ ਕੋਈ ਸੌਖਾ ਨਹੀਂ ਫੌਜਾਂ ਉਹਨਾਂ ਦੇ ਮਗਰ ਲੱਗੀਆਂ ਹੋਈਆਂ ਨੇ ਪਰ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਰਸਤੇ 'ਚ ਮਿਲੇ ਬਹੁਤ ਸਿਪਾਈ ਪਰ ਕਿਸੇ ਨੇ ਰੋਕਿਆ ਨਹੀਂ ਤੁਹਾਡੀ ਮਿਹਰ ਦੇ ਨਾਲ ਮੈਂ ਨਿਰਵਿਘਨਤਾ ਦੇ ਸਹਤ ਪੋਠੋਹਾਰ ਤੋਂ ਆਇਆ ਵਾਂ ਸੱਚੇ ਪਾਤਸ਼ਾਹ ਜੀ ਸੰਗਤਾਂ ਨੇ ਆਪਣਾ ਦਸਬੰਧ ਸੀ ਜਿਹੜਾ ਉਸ ਇਲਾਕੇ ਦੀਆਂ ਸੰਗਤਾਂ ਨੇ ਇਕੱਠਾ ਕੀਤਾ ਸੀ ਤੇ ਮੈਂ ਉਹ ਦਸਬੰਧ ਤੁਹਾਡੇ ਚਰਨਾਂ ਦੇ ਵਿੱਚ ਲੰਗਰਾਂ ਵਾਸਤੇ ਭੇਟਾ ਕਰਨ ਦੇ ਲਈ ਆਇਆ ਆ ਖੱਚਰਾ ਨੇ ਖੱਤਰ ਦੇ ਉੱਤੇ ਖੁਰਜੀਆਂ ਲੱਦੀਆਂ ਹੋਈਆਂ ਆ ਮੋਹਰਾਂ ਦੀਆਂ ਸੱਚੇ ਪਾਤਸ਼ਾਹ ਜੀ ਇਹ ਤੁਹਾਡੇ ਚਰਨਾਂ ਦੇ ਵਿੱਚ ਭੇਟਾ ਹਾਜ਼ਰ ਹੈ। ਸਤਿਗੁਰੂ ਜੀ ਸਾਹਮਣੇ ਬੈਠੇ ਆ ਦਰਸ਼ਨ ਦੇ ਰਹੇ ਆ ਸਿੱਖ ਨਿਹਾਲ ਹੋ ਰਿਹਾ ਦਰਸ਼ਨ ਕਰਕੇ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਕਿਹਾ ਕੋਈ ਗੱਲ ਨਹੀਂ ਭਾਈ ਸਤਿਗੁਰ ਮੇਰ ਕਰਨ ਸਿੱਖਾ ਨੂੰ ਕਿਹਾ ਜਾਓ ਸਿੱਖੋ ਖੁਰਜੀਆਂ ਨੇ ਜਿਹੜੀਆਂ ਖੱਤਰ ਤੋਂ ਲਾ ਕੇ ਲਿਆਓ। ਗੁਰੂ ਗੋਬਿੰਦ ਸਿੰਘ ਜੀ ਬਚਨ ਕਰਨ ਲੱਗੇ। ਜਦੋਂ ਖੁਰਜੀਆਂ ਲੈ ਕੇ ਆਂਦੀਆਂ ਖੁਰਜੀਆਂ ਜਦੋਂ ਖੋਲੀਆਂ ਵੇਖਿਆ ਕਿ ਸੋਨੇ ਦੀਆਂ ਤੇ ਚਾਂਦੀ ਦੀਆਂ ਮੋਹਰਾਂ ਸਨ ਉਹਨਾਂ ਦੇ ਵਿੱਚ ਖੁਰਜੀਆਂ ਦੇ ਵਿੱਚ ਜਿਹੜੀਆਂ ਪੋਠੋਹਾਰ ਦੀ ਸੰਗਤ ਨੇ ਭੇਜੀਆਂ ਤੇ ਜਦੋਂ ਉਹਨਾਂ ਬਰਾੜਾਂ ਨੇ ਉਹਨਾਂ ਨੌਜਵਾਨਾਂ ਸਿਪਾਹੀਆਂ ਨੇ ਹੰਕਾਰੇ ਸਨ ਜਿਹੜੇ ਮਾਇਆ ਦੇ ਲੋਭੀ ਸਨ ਜਿਹੜੇ ਮਾਇਆ ਨੂੰ ਮਾਇਆ ਦੇ ਮੋਹ ਦੇ ਵਿੱਚ ਫਸੇ ਸਨ ਉਹਨਾਂ ਨੇ ਵੇਖਿਆ ਤੇ ਠੰਡੇ ਹੋ ਗਏ ਤੇ ਸ਼ਰਮਿੰਦੇ ਹੋ ਗਏ ਪੀ ਅਸੀਂ ਕਿਹੋ ਜੀ ਅਪਸ਼ਬਦ ਬੋਲੇ ਕਿੰਨੇ ਸ਼ਬਦ ਬੋਲੇ ਪਰ ਮਾਇਆ ਵੇਖ ਕੇ ਹੈਰਾਨ ਹੋਗੇ ਜਦੋਂ ਮਾਇਆ ਸਾਹਮਣੇ ਸਤਿਗੁਰਾਂ ਨੇ ਦੇ ਲਿਆਂਦੀ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖਾਂ ਨੂੰ ਭਾਈ ਬਲਾਓ ਇਹਨਾਂ ਨੂੰ ਮਹਾਰਾਜ ਨੇ ਬਚਨ ਕੀਤਾ ਭਾਈ ਜਿਨ੍ਹਾਂ ਨੇ ਮਾਇਆ ਦੇ ਛਿੱਲੜ ਲੈਣੇ ਆ ਉਹ ਇੱਕ ਪਾਸੇ ਹੋ ਜੋ ਜਿਨ੍ਹਾਂ ਨੇ ਗੁਰੂ ਨਾਨਕ ਦੀ ਸਿੱਖੀ ਲੈਣੀ ਉਹ ਇੱਕ ਪਾਸੇ ਹੋ ਜੋ ਤੇ ਦੂਸਰੀ ਗੱਲ ਸੱਚੇ ਪਾਤਸ਼ਾਹ ਨੇ ਕਹੀ ਜਿਨ੍ਹਾਂ ਨੇ ਮਾਇਆ ਦੇ ਛਿੱਲੜ ਲੈਣੇ ਆਪਣੀਆਂ ਤਨਖਾਹਾਂ ਵਲੋਂ ਜਿੰਨੀਆਂ ਵੀ ਤੁਹਾਡੀਆਂ ਬਣਦੀਆਂ ਨੇ ਤਨਖਾਹਾਂ ਲੈ ਕੇ ਅੱਗੋਂ ਵਾਸਤੇ ਸਾਡੇ ਨਾਲ ਉਹ ਰਹਿ ਸਕਦਾ ਆ ਜਿਹੜਾ ਬਿਨਾਂ ਤਨਖਾਹ ਤੋਂ ਸਿੱਖੀ ਨੂੰ ਪਿਆਰ ਕਰਨ ਵਾਲਾ ਪਿਆਰ ਦੇ ਨਾਲ ਸੇਵਾ ਕਰਨ ਵਾਲਾ ਹੀ ਅਸੀਂ ਰੱਖਣਾ ਆ ਅਸੀਂ ਮਾਇਆ ਦੇ ਕੇ ਕੋਈ ਵੀ ਨੌਕਰ ਜਾਂ ਸੇਵਕ ਨਹੀਂ ਰੱਖਣਾ ਤੇ ਜਿਹੜੇ ਮਾਇਆ ਵਾਲੇ ਸਾਨੂੰ ਆ ਗਏ ਉਹਨਾਂ ਨੂੰ ਸਤਿਗੁਰਾਂ ਨੇ ਮਾਇਆ ਦੀ ਛਿੱਲੜ ਸੀ ਜਿਹੜੀ ਮੋਹਰਾਂ ਦੇਈ ਗਏ ਤੇ ਸਤਿਗੁਰੂ ਜੀ ਨਾਮ ਕੱਟੀ ਗਏ ਸੱਚੇ ਪਾਤਸ਼ਾਹ ਜੀ ਨਾਮ ਕੱਟੀ ਗਏ ਵੀ ਅੱਜ ਤੋਂ ਬਾਅਦ ਭਾਵ ਕਿ ਸਾਡੇ ਨਾਲ ਇਹਨਾਂ ਦੀ ਕੋਈ ਡਿਊਟੀ ਨਹੀਂ ਨੌਕਰੀ ਖਤਮ ਜਦੋਂ ਸਾਰਿਆਂ ਨੂੰ ਮਾਇਆ ਵੰਡਦੀ ਸੱਚੇ ਪਾਤਸ਼ਾਹ ਜੀ ਨੇ ਮੋਹਰਾਂ ਵੰਡਦੀਆਂ ਤੇ ਜਿਹੜਾ ਸੈਨਾਪਤੀ ਸਿਪਾਈ ਦਾਨਾ ਦਾਨੇ ਨੂੰ ਆਜਮਾਰੀ ਸੱਚੇ ਪਾਤਸ਼ਾਹ ਜੀ ਨੇ ਦਾਨਿਆਂ ਬੈਠਾ ਉਠਿਆ ਨਹੀਂ ਮਾਇਆ ਨਹੀਂ ਲੈਣੀ ਭਾਈ ਦਾਨਾ ਜੀ ਨਹੀਂ ਉઠھے ਸੱਚੇ ਪਾਤਸ਼ਾਹ ਜੀ ਕਹਿੰਦੇ ਦਾਨਿਆਂ ਕੀ ਗੱਲ ਮਾਇਆ ਨਹੀਂ ਲੈਣੀ ਕਿਉਂਕਿ ਪਿਆਰਿਓ ਭਾਈ ਦਾਨੇ ਦੀ ਕਾਫੀ ਮਾਇਆ ਰੁਕੀ ਹੋਈ ਸੀ ਜੇ ਉਸ ਹਿਸਾਬ ਨਾਲ ਦੇਖਿਆ ਜਾਏ ਇਤਿਹਾਸ ਦੇ ਹਿਸਾਬ ਨਾਲ ਜਿਵੇਂ ਇਤਿਹਾਸ 'ਚ ਜ਼ਿਕਰ ਹੁੰਦਾ ਭਾਈ ਦਾਨਾ ਜੀ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮਾਇਆ ਨਹੀਂ ਲੈਣੀ ਮੈਨੂੰ ਤਾਂ ਗੁਰੂ ਨਾਨਕ ਦੇ ਘਰ ਦੀ ਸਿੱਖੀ ਚਾਹੀਦੀ ਏ ਮੈਨੂੰ ਮਾਇਆ ਨਹੀਂ ਚਾਹੀਦੀ ਜਦੋਂ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਭਾਈ ਦਾਨਾ ਜੀ ਕਹਿਣ ਲੱਗੇ ਮੈਨੂੰ ਸਿੱਖੀ ਚਾਹੀਦੀ ਏ ਮੈਨੂੰ ਮਾਇਆ ਨਹੀਂ ਚਾਹੀਦੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਤੁੱਟ ਕੇ ਕਿਰਪਾ ਕੀਤੀ ਭਾਈ ਦਾਨੇ ਤੇ ਦਾਨੇ ਨੂੰ ਕਹਿਣ ਲੱਗੇ ਦਾਨਿਆ ਕੁਰਬਾਨ ਜਾਈਏ ਤੇਰੇ ਤੋਂ ਬਲਿਹਾਰੇ ਜਾਈਏ ਅੱਜ ਤੋਂ ਮਾਲਵੇ ਦੀ ਸਿੱਖੀ ਏ ਜਿਹੜੀ ਰੱਖ ਲਈਏ ਸੋ ਪਿਆਰਿਓ ਇਹੋ-ਇਹੋ ਜੇ ਵੀ ਗੁਰੂ ਦੇ ਸਿੱਖ ਹੋਏ ਆ ਜਿਨ੍ਹਾਂ ਨੇ ਇੰਨੀ ਕਠਿਨਾਈ ਦੇ ਵਿੱਚ ਸਿੱਖੀ ਹੈ ਜਿਹੜੀ ਪ੍ਰਾਪਤ ਕੀਤੀ ਇਹ ਸਿੱਖੀ ਆਮ ਨਹੀਂ ਮਿਲਦੀ ਸਿੱਖ ਕਹਾਉਣਾ ਸੁਖਾਇਆ ਸਿੱਖ ਬਣਨਾ ਬੜਾ ਔਖਾ ਆ ਆਪਾ ਭਾਈ ਦਾਨਾ ਜੀ ਦਾ ਇਹ ਪ੍ਰਸੰਗ ਆ ਜਿਹੜਾ ਸੰਖੇਪ ਰੂਪ ਦੇ ਵਿੱਚ ਸਾਖੀ ਸਰਵਣ ਕੀਤੀ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਤਮਾਮ ਭੁਲਾਾਂ ਦੀ ਖੀਮਾ ਸਤਿਗੁਰੂ ਜੀ ਬਖਸ਼ਣ ਜੋਗ ਹਰ ਜਿਵੇਂ ਭਾਈ ਦਾਨੇ ਨੂੰ ਆਪਣਾ ਬਣਾਇਆ ਆਪਾਂ ਵੀ ਬੇਨਤੀ ਕਰੀਏ ਸੱਚੇ ਪਾਛਾ ਸਾਨੂੰ ਵੀ ਬਣਾ ਲਓ ਦਾਨੇ ਤੋਂ ਦਾਨ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਸੀ ਵਿਸਥਾਰ ਵਿੱਚ ਪ੍ਰਸੰਗ ਹੈ ਜਿਹੜਾ ਕਦੇ ਫਿਰ ਸਮਾਂ ਹੋਇਆ ਤੇ ਜ਼ਰੂਰ ਸ਼ੇਅਰ ਕਰਾਂਗੇ ਇਤਨੀਆਂ ਬੇਨਤੀਆਂ ਪਰਮਾਨ ਕਰਨੀਆਂ ਤਮਾਮ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ